ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਮੇਰੇ ਹਰਜੋਤ ਕਮਲ ਭਾਜੀ ਦਾ ਮੋਗੇ ਸ਼ਹਿਰ ਤੋਂ ਤੋ ਇੱਕ ਐਸਾ ਲੀਡਰ ਜਿਹੜੇ ਤੇ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਭਾਜੀ ਇੱਦਾਂ ਹੀ ਤੁਸੀਂ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਹਮੇਸ਼ਾ ਕਹਿੰਦਾ ਸੀ ਕਿ ਸਾਡੇ ਸ਼ਹਿਰ ਨੂੰ ਇੱਕ ਐਸਾ ਫੇਸ ਮਿਲਣਾ ਬੜਾ ਇੰਪੋਰਟੈਂਟ ਹੈ ਜਿਹਦੇ ਲਈ ਸਾਨੂੰ ਪ੍ਰਾਊਡ ਫੀਲ ਹੋ ਸਕੇ ਤੁਸੀਂ ਹਮੇਸ਼ਾ ਜਦੋਂ ਵੀ ਕਿਸੇ ਨੇ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਆਵਾਜ਼ ਮਾਰੀ ਹੈ ਤੁਸੀਂ ਹਮੇਸ਼ਾ ਸਾਰਿਆਂ ਨੂੰ ਅੱਗੇ ਖੜ੍ਹੇ ਹੋਏ ਹੋ ਆਈ ਥਿੰਕ ਦੈਟ ਮੇਕਸ ਯੂ ਦ ਬੈਸਟ ਭਾਜੀ ਪਿੱਛੇ ਮੇਰੇ ਮਦਰ ਦੀ ਜਿਹੜੀ ਰੋਡ ਦਾ ਤੁਸੀਂ ਉਦਘਾਟਨ ਕੀਤਾ ਉਹਨੂੰ ਇੱਕ ਨਈ ਦਿਸ਼ਾ ਦਿੱਤੀ ਉਹਦੇ ਲਈ ਮੈਂ ਹਮੇਸ਼ਾ ਯੂ ਨੋ ਆਈ ਵਿਲ ਆਲਵੇਜ਼ ਬੀ ਵੈਰੀ ਥੈਂਕਫੁਲ ਟੂ ਯੂ ਕਿ ਤੁਸੀਂ ਉੱਥੇ ਆਏ ਟਾਈਮ ਕੱਢ ਕੇ ਔਰ ਯੂ ਨੋ ਪ੍ਰੋਫੈਸਰ ਸਰੋਜ ਸੂਦ ਰੋਡ ਦਾ ਉਦਘਾਟਨ ਹੋਇਆ ਅੱਜ ਸ਼ਹਿਰ ਦੇ ਵਿੱਚ ਅਤੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਦੇਸ਼ ਭਰ ਤੋਂ ਮੈਨੂੰ ਬੜੇ ਲੋਕਾਂ ਦੇ ਫੋਨ ਆਏ ਮੈਸੇਜਸ ਆਏ ਹੁਣ ਵੀ ਹਰ ਥਾਂ 'ਤੇ ਐਸਾ ਕੋਈ ਦੇਸ਼ ਦਾ ਮੀਡੀਆ ਨਹੀਂ ਹੈ ਚਾਹੇ ਉਹ ਤੁਸੀਂ ਕਰਨਾਟਕਾ ਦੀ ਗੱਲ ਕਰੋ ਚੇਨਈ ਦੀ ਗੱਲ ਕਰੋ ਹੈਦਰਾਬਾਦ ਹੋਏ ਬੰਗਾਲ ਹੋਏ ਕਿਤੇ ਹਰ ਉਹਨਾਂ ਨੇ ਬੜਾ ਸਰਾਹਿਆ ਇਸ ਕੰਮ ਨੂੰ ਐਂਡ ਆਈ ਐਮ ਗਲੈਡ ਕਿ ਤੁਸੀਂ ਉਹ ਵਿਜ਼ਨ ਰੱਖਿਆ ਕਿ ਮੇਰੇ ਮਦਰ ਜਿਨ੍ਹਾਂ ਨੇ ਇੰਨੇ ਲੋਕਾਂ ਨੂੰ ਪੜ੍ਹਾਇਆ ਔਰ ਉਹਨਾਂ ਨੇ ਸਿੱਖਿਆ ਲੋਕਾਂ ਨੂੰ ਦਿੱਤੀ ਅੱਜ ਉਹਨਾਂ ਦੇ ਨਾਮ 'ਤੇ ਇੱਕ ਰੋਡ ਹੈ ਸਾਡੇ ਸ਼ਹਿਰ ਦੇ ਵਿੱਚ ਮੋਗਾ ਦੇ ਵਿੱਚ ਔਰ ਮੈਂ ਇਹੀ ਕਹਾਂਗਾ ਕਿ ਮੈਂ ਵੇਟ ਬੜਾ ਕਰ ਰਿਹਾ ਕਿ ਜਲਦੀ ਅਸੀਂ ਦੋਨੋਂ ਭਰਾ ਉੱਥੇ ਪਹੁੰਚੀਏ ਔਰ ਉੱਥੇ ਇੱਕ ਕਮਾਲ ਜੀ ਸੈਲਫੀ ਲਿੱਤੀ ਹੈ ਔਰ ਦੇਸ਼ ਭਰ ਨੂੰ ਭੇਜੀਏ ਕਿ ਕਿਸ ਤਰ੍ਹਾਂ ਯੂ ਨੋ ਜੇ ਸੋਚ ਮਿਲਦੀ ਹੋਵੇ ਔਰ ਜੇ ਇੱਛਾ ਸਹੀ ਹੋਵੇ ਤਾਂ ਜ਼ਿੰਦਗੀ 'ਚ ਕੋਈ ਵੀ ਜੰਗ ਜਿੱਤੀ ਜਾ ਸਕਦੀ ਭਾਅ ਜੀ ਕਹਾਂਗਾ ਹਮੇਸ਼ਾ ਖੁਸ਼ ਹੋ ਹਮੇਸ਼ਾ ਇੱਦਾਂ ਹੀ ਲੋਕਾਂ ਦਾ ਕੰਮ ਜਿਹੜਾ ਹੈਗਾ ਹਮੇਸ਼ਾ ਨਿਪਟਾਉਂਦੇ ਰਹੋ ਕਰਦੇ ਰਹੋ ਔਰ ਮੈਨੂੰ ਹੀ ਨਹੀਂ ਪੂਰੇ ਮੋਗੇ ਸ਼ਹਿਰ ਨੂੰ ਹਰ ਇੱਕ ਪੰਜਾਬੀ ਨੂੰ ਤੁਹਾਡੇ 'ਤੇ ਫਖਰ ਹੈ ਹਰਜੋਤ ਭਾਅ ਜੀ ਗੋਡ ਬਲੈਸ ਯੂ ਵਿਦ ਲੋਟ ਆਫ ਲੱਕ ਹੈਲਥ ਹੈਪੀਨੈਸ ਵੀ ਆਰ ਵੈਰੀ ਵੈਰੀ ਪ੍ਰਾਊਡ ਆਫ ਯੂ ਲਵ ਯੂ ਭਾਅ ਜੀ ਸੀ ਯੂ ਵੈਰੀ ਵੈਰੀ ਸੂਨ